ਵੀਰੇ ਲੈ ਜਾ ਆ ਕੇ, ਇਹ ਮੈਨੂੰ ਮਾਰ ਦੇਣਗੇ। ਕਹਿੰਦੀ ਰਹਿ ਗਈ ਮਹਿਲਾ, ਸਹੁਰੇ ਘਰ ਦੇ ਵਿੱਚ ਹੋ ਗਈ ਮੌਤ। ਕੁੜੀ ਵਾਲਿਆਂ ਨੇ ਸਹੁਰੇ ਪਰਿਵਾਰ ਤੇ ਕਤਲ ਦੇ ਲਗਾਏ ਇਲਜ਼ਾਮ। ਤਾਂ ਦੱਸਦੀ ਹੈ ਕਿ ਇੱਕ ਮਹਿਲਾ ਦੀ ਸਹੁਰੇ ਘਰ ਦੇ ਵਿੱਚ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਜਿਵੇਂ ਇਹ ਗੱਲ ਕੁੜੀ ਦੇ ਪੇਕੇ ਵਾਲਿਆਂ ਨੂੰ ਪਤਾ ਲੱਗਦੀ ਹੈ ਤਾਂ ਉਹ ਮੌਕੇ 'ਤੇ ਪਹੁੰਚਦੇ ਨੇ ਅਤੇ ਉਹਨਾਂ ਨੇ ਸਹੁਰੇ ਪਰਿਵਾਰ 'ਤੇ ਕਤਲ ਦੇ ਇਲਜ਼ਾਮ ਲਗਾਏ ਅਤੇ ਕਿਹਾ ਕਿ ਇਹਨਾਂ ਵੱਲੋਂ ਸਾਡੀ ਕੁੜੀ ਦਾ ਕਤਲ ਕੀਤਾ ਗਿਆ, ਜਦਕਿ ਸਹੁਰੇ ਪਰਿਵਾਰ ਮੁਤਾਬਿਕ ਕੁੜੀ ਨੇ ਖੁਦਕੁਸ਼ੀ ਕੀਤੀ ਸੀ। ਦੱਸਦੀ ਕਿ ਮਾਮਲਾ ਗੋਬਿੰਦਗੜ੍ਹ ਤੋਂ ਸਾਹਮਣੇ ਆਇਆ, ਜਿੱਥੇ ਮ੍ਰਿਤਕ ਮਹਿਲਾ ਜਾਨਵੀ ਦੇ ਪਰਿਵਾਰ ਨੇ ਦੱਸਿਆ ਕਿ ਇਸਦਾ ਵਿਆਹ 2019 ਦੇ ਵਿੱਚ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਹੀ ਅਕਸਰ ਇਹਨਾਂ ਦੇ ਘਰ ਦੇ ਵਿੱਚ ਲੜਾਈ ਚੱਲਦੀ ਰਹਿੰਦੀ ਸੀ। ਤਾਂ ਉਸ ਵੱਲੋਂ ਆਪਣੇ ਭਰਾ ਨੂੰ ਫੋਨ ਕੀਤਾ ਗਿਆ ਅਤੇ ਕਿਹਾ ਕਿ ਵੀਰੇ ਮੈਨੂੰ ਲੈ ਜਾ, ਇਹ ਮੈਨੂੰ ਮਾਰ ਦੇਣਗੇ। ਤਾਂ ਅਗਲੇ ਹੀ ਦਿਨ ਕਿਸੇ ਰਿਸ਼ਤੇਦਾਰ ਨੇ ਦੱਸਿਆ ਕਿ ਤੁਹਾਡੀ ਕੁੜੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ, ਤੁਸੀਂ ਇੱਕ ਵਾਰ ਸਹੁਰੇ ਪਰਿਵਾਰ ਦੇ ਨਾਲ ਗੱਲ ਜ਼ਰੂਰ ਕਰੋ। ਤਾਂ ਇਸ ਸੰਬੰਧੀ ਕੁੜੀ ਦੇ ਭਰਾ ਨੇ ਦੱਸਿਆ ਕਿ ਜਦ ਮੈਂ ਫੋਨ ਕੀਤੇ ਤਾਂ ਸਹੁਰੇ ਘਰ ਦੇ ਵਿੱਚੋਂ ਕਿਸੇ ਨੇ ਵੀ ਉਸਦਾ ਫੋਨ ਨਹੀਂ ਚੁੱਕਿਆ, ਜਿਸ ਤੋਂ ਬਾਅਦ ਇਹ ਡਰ ਜਾਂਦੇ ਨੇ ਅਤੇ ਫਿਰ ਕਿਸੇ ਆਪਣੇ ਬੰਦੇ ਨੂੰ ਉਹਨਾਂ ਦੇ ਘਰ ਭੇਜਦੇ ਨੇ ਅਤੇ ਫਿਰ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੀ ਕੁੜੀ ਇਸ ਦੁਨੀਆ ਦੇ ਵਿੱਚ ਨਹੀਂ ਹੈ। ਜਿਸ ਤੋਂ ਬਾਅਦ ਸਾਰਾ ਪਰਿਵਾਰ ਇਹਨਾਂ ਦੇ ਸਹੁਰੇ ਘਰ ਆਉਂਦਾ ਹੈ ਅਤੇ ਪੂਰੇ ਪਰਿਵਾਰ 'ਤੇ ਇਲਜ਼ਾਮ ਲਗਾਉਂਦਾ ਕਿ ਇਹਨਾਂ ਦੇ ਵੱਲੋਂ ਸਾਡੀ ਕੁੜੀ ਦਾ ਕਤਲ ਕੀਤਾ ਗਿਆ ਅਤੇ ਉਸਦੇ ਵੱਲੋਂ ਕੋਈ ਵੀ ਖੁਦਕੁਸ਼ੀ ਨਹੀਂ ਕੀਤੀ ਗਈ ਹੈ। ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਅਸੀਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਹੈ ਅਤੇ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਦੇਖੋ, ਇਸ਼ੂ ਇਹ ਹੈ ਕਿ ਮੇਰੇ ਰਿਸ਼ਤੇਦਾਰ ਨੇ UP 'ਚੋਂ ਆਏ ਹੋਏ ਨੇ ਇੱਥੇ, ਅਤੇ ਕੱਲ੍ਹ ਤੋਂ ਪਰਸੋਂ ਤੋਂ ਹੀ ਫੋਨ ਆ ਰਿਹਾ ਵੀ ਰਾਤ ਨੂੰ ਲੜਕੀ ਮਧੂ, ਜੋ ਕਿ ਇੱਥੇ ਲੁਧਿਆਣੇ ਇਹਨਾਂ ਨੇ ਉਹਦਾ ਨਾਮ ਜਾਨਵੀ ਰੱਖ ਲਿਆ ਸੀ, ਉਹਦੀ ਹੱਤਿਆ ਕਰ ਦਿੱਤੀ ਗਈ। ਕਿਉਂਕਿ ਫੋਨ ਆ ਰਿਹਾ ਸੀ ਉਹਦੇ ਬ੍ਰਦਰ ਨੂੰ ਵਾਰ ਵਾਰ ਕਿ ਭਈਆ ਮੈਨੂੰ ਲੈ ਜਾਓ, ਮਾਰ ਦੇਣਗੇ ਮਾਰ ਦੇਣਗੇ। ਉਹ ਪਰਿਵਾਰ ਦੇ ਵਿੱਚ ਲੜਾਈ ਝਗੜੇ ਚੱਲਦੇ, ਸਮਝਾਇਆ ਕਿ ਕੋਈ ਗੱਲ ਨਹੀਂ ਬੇਟਾ, ਹਲੇ ਟਾਈਮ ਨਹੀਂ ਹੈ, ਥੋੜ੍ਹਾ ਟਾਈਮ ਦਿਓ। ਉਹ ਵਾਕਈ ਉਹੀ ਗੱਲ ਹੋਈ, ਰਾਤ ਨੂੰ ਕੁੜੀ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਇੱਕ ਸਾਜਿਸ਼ ਦੇ ਤਹਿਤ। ਅਤੇ ਹੱਤਿਆ ਕਰਨ ਤੋਂ ਬਾਅਦ ਕੀ ਹੈ, ਨਾ ਤਾਂ ਕਿਸੇ ਕੌਂਸਲਰ ਨੂੰ ਇਨਫੋਰਮ ਕੀਤਾ ਗਿਆ, ਨਾ ਕਿਸੇ ਪੁਲਿਸ ਨੂੰ ਇਨਫੋਰਮ ਕੀਤਾ ਗਿਆ, ਨਾ ਕਿਸੇ ਆਲੇ ਦੁਆਲੇ ਨੂੰ ਦੱਸਿਆ ਗਿਆ। ਪਤਾ ਨਹੀਂ ਇੰਨੀ ਕੀ ਕਾਹਲੀ ਹੈ, ਕੀ ਜਲਦੀ ਹੈ ਕਿ ਫਰਿੱਜਰ ਲਿਆ ਕੇ ਉਹਦੇ ਵਿੱਚ ਬੋਡੀ ਰੱਖਤੀ ਇਹ ਸਹੁਰੇ ਪਰਿਵਾਰ ਨੇ। ਉਹ ਫਿਰ ਇਸ ਤਰ੍ਹਾਂ ਹੋਇਆ ਕਿ ਸਾਡਾ ਕੋਈ ਜਿਹੜਾ ਆਪਣਾ ਕੋਈ ਰਿਸ਼ਤਾ ਸੀਗਾ ਉਸ ਘਰਾਂ 'ਚੋਂ, ਉਹਨਾਂ ਨੇ ਦਿੱਲੀਓਂ ਸਾਨੂੰ ਫੋਨ ਕਰਕੇ ਦੱਸਿਆ ਵੀ ਤੁਸੀਂ ਇੱਕ ਵਾਰ ਕਨਫਰਮ ਕਰ ਲਓ ਵੀ ਤੁਹਾਡੀ ਜਿਹੜੀ ਬੇਟੀ ਹੈ ਉਹ ਇਸ ਦੁਨੀਆ 'ਚ ਨਹੀਂ ਹੈ। ਅਤੇ ਫਿਰ ਮੇਰੇ ਭਰਾ ਹੁਣੇ ਇੱਥੋਂ ਜਦੋਂ ਗੱਡੀ ਚੱਕ ਕੇ ਉੱਥੇ ਪਹੁੰਚੇ ਅਤੇ ਉੱਥੇ ਦਾ ਮਾਹੌਲ ਦੇਖ ਕੇ ਤਾਂ ਫਿਰ ਅੱਖਾਂ ਖੁੱਲੀਆਂ ਰਹਿ ਗਈਆਂ। ਕਾਰਵਾਈ ਦੇਖੋ, ਪੁਲਿਸ ਕੋਲ 2 ਦਿਨ ਹੋ ਗਏ ਸਾਨੂੰ, 2 ਦਿਨ ਹੋ ਗਏ ਬੋਡੀ ਜਮ੍ਹਾਂ ਹੈ, ਕੱਲ੍ਹ ਵੀ ਸਾਰਾ ਦਿਨ ਬੋਡੀ ਮੋਰਚਰੀ 'ਚ ਸੀ, ਅੱਜ ਵੀ ਹੈ, ਪੁਲਿਸ ਕੋਲ ਜਾ ਰਹੇ ਹਾਂ। ਹੁਣ ਕਹਿੰਦੇ ਜੀ SHO ਸਾਹਿਬ ਰੋਟੀ ਖਾ ਰਹੇ ਆ। ਕੱਲ੍ਹ ਨਾਜਰ ਸਿੰਘ ਨੂੰ ਮੈਂ ਕਿਹਾ ਵੀ ਸਰ ਆਪਾਂ ਮੌਕੇ 'ਤੇ ਇੱਕ ਵਾਰ ਜਾ ਕੇ ਉੱਥੇ ਵੈਰੀਫਾਈ ਤਾਂ ਕਰੀਏ। ਉੱਥੇ ਸਾਨੂੰ ਇਹੀ ਨਹੀਂ ਦੱਸਿਆ ਜਾ ਰਿਹਾ ਵੀ ਫਾਹੇ ਤੋਂ ਲਾਇਆ ਕਿਹਨੇ ਕੁੜੀ ਨੂੰ। ਅਸਲ 'ਚ ਜੇ ਉਹਨੇ ਫਾਹਾ ਲਾਇਆ ਹੋਵੇ ਤਾਂ ਦੱਸਣ ਨਾ ਵੀ ਕਿਹਨੇ ਲਾਇਆ, ਅਸਲ 'ਚੋਂ ਮਾਰੀ ਤਾਂ ਗਲ ਘੋਟ ਗਏ ਹੈ। ਅਤੇ ਫਿਰ ਸਾਰੇ ਜਦੋਂ ਅਸੀਂ CCTV ਕੈਮਰੇ ਚੈੱਕ ਕੀਤੇ, ਉਹਦੀ ਨਨਾਣ ਹੈ ਜਿਹੜੀ ਮੁੰਡੇ ਦੀ, ਉਹ ਪੂਰੇ ਇੱਕ ਲੱਤ 'ਤੇ ਪਲਸਟਰ ਬਣਾ ਕੇ, ਉਹਨੇ 2 ਕੌਂਸਲਰ ਇੱਥੋਂ ਦੇ ਗਵਾਹ ਨੇ, ਫਤਿਹਗੜ੍ਹ ਸਾਹਿਬ MC ਜਿਹੜੇ ਇੱਥੇ ਨੇ ਉਹ ਗਵਾਹ ਨੇ, ਉਹਨਾਂ ਦੇ ਸਾਹਮਣੇ ਉਹ ਇਸ ਤਰ੍ਹਾਂ ਦੀ ਤੁਰਦੀ ਪਈ ਸੀ ਵੀ ਮੈਂ ਬੈਠ ਨਹੀਂ ਸਕਦੀ। ਉਹਨੂੰ ਕੁਰਸੀ ਦਿੱਤੀ, ਉਹ ਕੁਰਸੀ 'ਤੇ ਨਹੀਂ ਬੈਠੀ, ਉਹ ਪੀੜ੍ਹੀ 'ਤੇ ਬੈਠ ਗਈ। ਅਤੇ ਅਸੀਂ ਜਦੋਂ CCTV ਰਿਕਾਰਡਿੰਗ ਮੈਂ ਨਾਜਰ ਸਾਹਿਬ ਨੂੰ ਕਿਹਾ ਵੀ ਨਾਜਰ ਸਾਹਿਬ ਆਪਾਂ ਇੱਕ ਸਬੂਤ ਦੇ ਤੌਰ 'ਤੇ ਜਿਹੜਾ CCTV DVR ਹੈ, ਪ੍ਰਜਾਪਤੀ ਜੀ ਖੜ੍ਹੇ ਇਹਨਾਂ ਦੇ ਘਰ ਲੱਗਿਆ ਹੋਇਆ, ਇਹਨੂੰ ਆਪਾਂ ਆਪਣੇ ਕਬਜ਼ੇ 'ਚ ਲੈ ਲਈਏ। ਉਹ ਕਹਿੰਦੇ ਫਿਰ ਤੂੰ ਲਿਆ, ਅਤੇ ਫਿਰ ਕੀ ਸੀ, ਫਿਰ ਮੈਂ DVR ਲੈ ਗਿਆ। ਫਿਰ ਅਸੀਂ ਸਾਰੀ ਰਾਤ DVR ਜਦੋਂ ਦੇਖਿਆ ਅਤੇ ਉਹਦੇ ਵਿੱਚ ਤਾਂ ਕਹਾਣੀ ਇਹ ਹੈ ਸਾਰੀ ਕਿ ਇਹ ਸਾਰੇ ਟੱਬਰ ਨੇ ਪਲੈਨਿੰਗ ਕਰਕੇ ਇੱਕ ਪਲੈਨਡ ਮਰਡਰ ਕੀਤਾ ਅਤੇ ਉਹਨੂੰ ਜਿਹੜਾ ਕਾਨੂੰਨ ਨੂੰ ਗੁੰਮਰਾਹ ਕਰਨ ਵਾਸਤੇ ਵੀ ਇਹਨੂੰ ਸੁਸਾਈਡ ਦਰਸਾਇਆ ਜਾ ਰਿਹਾ। ਅਤੇ ਪਤਾ ਨਹੀਂ ਪੁਲਿਸ ਨੂੰ ਵੀ ਪਤਾ ਹੈ
ਪੁਲਿਸ ਨੂੰ ਕਿਹੜਾ ਨਹੀਂ ਪਤਾ ਹੁੰਦਾ, ਪੁਲਿਸ ਤਾਂ ਅੱਖਾਂ ਪੜ ਲੈਂਦੀ ਹੈ, ਪੁਲਿਸ ਨੂੰ ਵੀ ਪਤਾ ਹੈ, ਪਰ ਨਾ ਜਾਣੇ ਕਿਉਂ ਪੁਲਿਸ ਹੱਥ 'ਤੇ ਹੱਥ ਧਰ ਕੇ ਬੈਠੀ ਹੈ। ਦੇਖੋ ਜੇ ਸਾਡੀ ਕਾਰਵਾਈ ਨਾ ਹੋਈ, ਅਸੀਂ ਤਾਂ ਬਿਲਕੁਲ ਸ਼ਾਂਤੀਮਈ ਤਰੀਕੇ ਨਾਲ ਦੋ ਦਿਨ ਹੋ ਗਏ ਲੁਧਿਆਣੇ ਫਤਿਹਗੜ੍ਹ ਆ ਕੇ, ਅਸੀਂ ਇਹਨਾਂ ਤੋਂ ਮੰਗ ਕਰ ਰਹੇ ਵੀ ਕਾਰਵਾਈ ਕਰੋ, ਨਹੀਂ ਕਰਨਗੇ ਫਿਰ ਅਸੀਂ ਰੋਡ 'ਤੇ ਬੈਠਾਂਗੇ, ਹੋਰ ਕੀ ਹੈ ਸਾਡੇ ਕੋਲ। ਸਰ ਇਹ 21 ਤਰੀਕ ਦੀ ਗੱਲ ਹੈਗੀ ਹੈ, ਮੈਂ ਪਿੰਡ ਸੀਗਾ ਉੱਤਰ ਪ੍ਰਦੇਸ਼, ਅਤੇ ਭੈਣ ਦਾ ਮੇਰੀ ਫੋਨ ਆਇਆ, ਮੰਮੀ ਨਾਲ ਗੱਲ ਹੋਈ, ਮੰਮੀ ਨੂੰ ਦੱਸਦੀ ਸੀਗੀ ਕਿ ਵੀ ਇੱਦਾਂ ਇੱਦਾਂ ਦੀ ਗੱਲ ਹੈ, ਮੈਨੂੰ ਆ ਕੇ ਲੈ ਜਾਓ ਇੱਥੋਂ। ਫਿਰ ਮੇਰੇ ਨਾਲ ਗੱਲ ਹੋਈ, ਕਹਿਣ ਲੱਗੀ, ਕਹਿੰਦੀ ਵੀਰੇ ਇਹਨਾਂ ਨੇ ਮਾਰ ਦੇਣਾ ਮੈਨੂੰ, ਅਤੇ ਆ ਕੇ ਮੈਨੂੰ ਲੈ ਜਾਓ ਇੱਥੇ, ਅੱਜ ਹੀ ਆ ਜਾਓ। ਮੈਂ ਕਿਹਾ ਹੁਣ ਇੰਨੀ ਛੇਤੀ ਜੀ ਛੁੱਟੀ ਨਹੀਂ ਮਿਲਣੀ ਮੈਨੂੰ, ਮੈਂ 2 ਦਿਨ ਦੇ ਬਾਅਦ ਆਜੂੰਗਾ, ਕੋਈ ਨਹੀਂ ਵੀ ਸ਼ਾਂਤ ਰੱਖੋ, ਤੁਸੀਂ ਲੜਾਈ ਝਗੜਾ ਨਾ ਕਰੋ, ਅਤੇ ਮੈਂ ਆਜੂੰਗਾ, ਸਮਝਾ ਬੁਝਾ ਦੂੰਗਾ, ਕੋਈ ਚੱਕਰ ਨਹੀਂ, ਮੈਂ ਲੈ ਕੇ ਆਜੂੰਗਾ। ਫਿਰ ਜੀ ਸ਼ਾਮ ਨੂੰ 5 ਵਜੇ ਰਿਸ਼ਤੇਦਾਰ ਦੇ ਰਾਹੀਂ ਪਤਾ ਚੱਲਿਆ ਕਿ ਇਹਨਾਂ ਨੇ ਜੀ ਮਾਰਤਾ। ਮੈਂ ਜੀ ਕਨਫਰਮ ਕਰਨ ਲਈ ਮੁੰਡੇ ਨੂੰ ਫੋਨ ਲਾਇਆ, ਘੱਟ ਤੋਂ ਘੱਟ 20 ਫੋਨ ਲਾਇਆ, ਇਹਨਾਂ ਨੇ ਫੋਨ ਹੀ ਨਹੀਂ ਚੱਕਿਆ ਮੇਰਾ। ਮੈਨੂੰ ਜੀ ਸ਼ੱਕ ਪੈ ਗਿਆ ਕਿ ਸਹੀ ਗੱਲ ਹੈ। ਮੈਂ ਫਿਰ ਲੁਧਿਆਣੇ ਮੇਰੇ ਰਿਸ਼ਤੇਦਾਰ ਰਹਿੰਦੇ, ਉਹਨਾਂ ਨੂੰ ਫੋਨ ਕੀਤਾ, ਉਹ ਆਏ ਜੀ ਭੱਜ ਕੇ ਇੱਥੇ, ਉਹਨਾਂ ਨੇ ਦੇਖਿਆ ਵੀ ਸਹੀ ਗੱਲ ਹੈ, ਫਿਰ ਉਹਨਾਂ ਨੇ ਦੱਸਿਆ। ਮੈਂ ਨਾਲ ਹੀ ਇੱਥੇ ਵੀ ਫੋਨ ਕੀਤਾ, ਥਾਣੇ 'ਚ ਵੀ, ਥਾਣੇ ਨਾਲ ਗੱਲ ਹੋਈ, ਮੈਂ ਦੱਸਿਆ ਜੀ ਮੈਂ ਬਾਹਰ ਹੈਗਾ, ਮੈਂ ਵੀ ਆ ਰਿਹਾ, ਮੈਨੂੰ 15-20 ਘੰਟੇ ਲੱਗ ਜਾਣੇ ਪਹੁੰਚਣ 'ਚ। ਉਹਨਾਂ ਨੇ ਕਿਹਾ ਠੀਕ ਹੈ ਆ ਜਾਓ ਤੁਸੀਂ। ਹੁਣ ਜੀ ਅਸੀਂ ਕੱਲ੍ਹ ਦੇ ਆਏ ਹੋਏ ਆ, ਕੋਈ ਨਾ ਗੱਲ ਨਾ ਕੋਈ ਬਾਤ, ਉਹ ਕਹਿੰਦੇ ਕੋਈ ਨਾ, ਕੋਈ ਕਾਰਵਾਈ ਨਹੀਂ ਜੀ। SHO ਸਾਹਿਬ ਨੇ ਕੱਲ੍ਹ ਸੱਦਿਆ ਸੀ, ਪੁੱਛਿਆ ਮੇਰੇ ਕੋਲੋਂ, ਹਾਂ ਜੀ ਦੱਸੋ ਕਿਵੇਂ ਕੀ ਹੋਇਆ। ਮੈਂ ਜੀ ਸਾਰੀ ਗੱਲ ਦੱਸੀ, ਉਹਨਾਂ ਨੇ ਨਾ ਮੇਰੀ FIR ਦਰਜ ਕੀਤੀ, ਨਾ ਕੋਈ ਗੱਲ ਨਾ ਕੋਈ ਬਾਤ, ਕਹਿੰਦਾ ਕਹਿੰਦੇ ਵੇਟ ਕਰੋ। ਹੁਣ ਜੀ ਕੱਲ੍ਹ ਤੋਂ ਅਸੀਂ ਅੱਜ ਤੱਕ ਵੇਟ ਹੀ ਕਰ ਰਹੇ ਹਾਂ, ਕੋਈ ਨਾ ਇਨਸਾਫ ਹੋਇਆ ਹੀ ਨਹੀਂ। ਗੁੜੀਆ ਦਾ ਨਾ ਜੀ ਸਾਡੇ ਘਰ ਤਾਂ ਉੱਦਾਂ ਅਸਲੀ ਨਾਮ ਉਹਦਾ ਮਧੂ ਹੈ, ਅਤੇ ਇੱਥੇ ਜਾਨਵੀ ਕਹਿੰਦੇ ਸੀ, ਮਧੂ ਉਰਫ ਜਾਨਵੀ। ਮੈਰਿਜ ਜੀ 23 ਮਈ 2019 'ਚ ਹੋਈ ਸੀ ਜੀ, 3 ਸਾਲ ਦੀ ਕੁੜੀ ਹੈ। ਝਗੜਾ ਜੀ ਆਏ ਦਿਨ ਹੁਣ ਉਹਨਾਂ 'ਚ ਹੁੰਦਾ ਸੀਗਾ ਵੀ ਜੀ ਆਏ ਦਿਨ ਉਹਨੂੰ ਟਾਰਚਰ ਕਰਦੇ ਹੁੰਦੇ ਸੀ, ਛੋਟੀ ਛੋਟੀ ਗੱਲਾਂ ਤੋਂ ਉਹਦਾ ਜੀ ਸ਼ੋਸ਼ਣ ਕਰਦੇ ਹੁੰਦੇ ਸੀ, ਉਹਨੂੰ ਬਹੁਤ ਮਾਰ ਕੁੱਟਦੇ ਹੁੰਦੇ ਸੀ। ਮੇਰੇ ਰਿਸ਼ਤੇਦਾਰ ਦੀ ਹੈਗੀ ਰਿਸ਼ਤੇਦਾਰੀ, ਉਹ ਕੁੜੀ ਦੇ ਸਾਹਮਣੇ ਉਹਨੂੰ ਕੁੱਟਿਆ। ਹੁਣ ਜੀ ਮੈਂ ਇਹੀ ਚਾਹ ਰਿਹਾ ਕਿ ਇਨਸਾਫ ਮਿਲੇ ਮੇਰੀ ਭੈਣ ਨੂੰ, ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਮਿਲੇ। ਤਲਾਹ ਮਿਲੇ ਸੀ ਇੱਕ ਮਿਧੀ ਚੰਦ ਕਲੋਨੀ 'ਚੋਂ, ਕੋਈ ਲੇਡੀਜ਼ ਸੀ ਜਾਨਵੀ ਤਿਵਾੜੀ, ਉਹਦੀ ਉਮਰ 24-25 ਸਾਲ ਦੀ ਉਮਰ ਸੀਗੀ, ਉਹ 2019 'ਚ ਉਹਦੀ ਮੈਰਿਜ ਹੋਈ ਸੀਗੀ, ਇੱਕ ਲੜਕੀ ਹੈ ਉਹ 3 ਸਾਲ ਦੀ ਉਹਦੇ ਕੋਲ, ਅਤੇ ਉਹਨੂੰ ਸੁਸਾਈਡ ਕੀਤੀ ਸੀ ਕੋਈ ਉੱਪਰ ਆਪਣੇ ਕਮਰੇ ਦੇ ਉੱਪਰ ਬਣਿਆ, ਉੱਪਰ ਦੇ ਪਾਸੇ ਕਮਰੇ ਦੇ ਉੱਪਰ ਉੱਥੇ ਸੁਸਾਈਡ ਕਰਕੇ ਉਹ ਉਹਦੀ ਬੋਡੀ ਡੈਥ ਹੋ ਗਈ ਮੌਕੇ ਦੇ ਉੱਪਰ, ਉਹਦੀ ਬੋਡੀ ਹੁਣ ਹਸਪਤਾਲ ਰਖਾਈ ਹੈ, ਸਿਵਲ ਹਸਪਤਾਲ 'ਚ ਮੋਰਚਰੀ ਵਿੱਚ, ਉਹਦੇ ਪਰਿਵਾਰ ਵਾਲੇ ਆਏ ਨੇ ਅੱਜ, ਜੋ ਵੀ ਬਿਆਨ ਲਿਖਾਉਣਗੇ ਉਹ ਉਹਦੇ ਮੁਤਾਬਕ ਕਾਰਵਾਈ ਕਰਕੇ ਹੈ, ਅਗਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਬਣਦੀ ਕਾਰਵਾਈ ਉਹਨਾਂ 'ਚ ਲਿਆਂਦੀ ਜਾ ਰਹੀ ਹੈ। ਨਹੀਂ ਪੋਸਟਮਾਰਟਮ ਅੱਜ ਉਹਦੇ ਰਿਸ਼ਤੇਦਾਰ ਲੇਟ ਆਏ ਨੇ ਥੋੜ੍ਹਾ ਜਿਹਾ, ਉਹਦੇ ਕਰਕੇ ਆਉਣ ਤੋਂ ਬਾਅਦ ਪੋਸਟਮਾਰਟਮ ਬਿਆਨ ਲਿਖ ਰਿਹਾ, ਉਹਨਾਂ 'ਤੇ ਕਾਰਵਾਈ ਕਰ ਰਹੇ ਹਾਂ, ਪੋਸਟਮਾਰਟਮ ਕਰਾ ਕੇ ਉਹਦੇ ਡੈਡ ਬੋਡੀ ਨੂੰ ਹਵਾਲੇ ਕੀਤੀ ਜਾਊਗੀ ਪਰਿਵਾਰ ਦੇ, ਜੋ ਵੀ ਬਣਦੀ ਹੈ ਕਾਰਵਾਈ ਉਹਨਾਂ 'ਚ ਲਿਆਂਦੀ ਜਾ ਰਹੀ ਹੈ। ਪਰਿਵਾਰ ਕਹਿੰਦੇ ਕਿ ਆਪਾਂ ਪਹਿਲਾਂ ਵੀ ਝਗੜਾ ਹੁੰਦਾ ਸੀ ਇਹਨਾਂ ਦਾ ਆਪਣੇ ਵਿੱਚ, ਮੀਆਂ ਬੀਬੀ ਦਾ, ਉਹ ਤੋਂ ਦੁਖੀ ਹੋ ਕੇ ਘਰ ਵਾਲੇ ਤੋਂ ਸੁਸਾਈਡ ਕੀਤੀ ਇਹਨੇ। ਬਾਕੀ ਕੀ ਚੱਲਦੀ ਹੈ, ਤਫਤੀਸ਼ ਚੱਲ ਰਹੀ ਹੈ ਕਿ ਜੋ ਵੀ ਗੱਲ